ਤੇ ਇਹ ਆਪਾਂ ਨੂੰ ਬਲਦਾਂ ਨਾਲ ਖੇਤੀ ਕਰਦੇ ਨੂੰ ਕਿੰਨਾ ਸਮਾਂ ਹੋ ਗਿਆ ਤੇ ਹੋਰ ਆਪਾਂ ਕਿਹੜੀ ਕਿਹੜੀ ਇਹਦੇ ਨਾਲ ਖੇਤੀ ਕਰਦੇ ਹਾਂ ਹੁਣ ਦੇ ਸਮੇਂ ਦੇ ਵਿੱਚ? ਹੁਣ ਦੇ ਸਮੇਂ ਦੇ ਵਿੱਚ ਜਿਵੇਂ ਆਲੂ ਵੱਧ ਚੱਲ ਰਿਹਾ ਜੀ, ਦੇਊਗਾ। ਠੀਕ ਹੈ, ਇਹ ਮਤਲਬ ਜੇ 1 ਕਿੱਲੇ ਦਾ ਰੇਟ ਕੀ ਰੇਟ ਆ ਜੇ ਆਪਾਂ ਆਪਣੇ ਆਲੂਆਂ ਤੇ ਮਿੱਟੀ ਲਵਾਉਣੀ ਹੈ? ਵੀ ਕਿਹਨਾਂ ਦੇ ਆਪਾਂ ਨੇ ਕਹਿੰਦੇ ਵੀ ਕੋਡ ਵਰਡ ਹੁੰਦੇ ਨੇ, ਵੀ ਇਹਨੂੰ ਜੇ ਇੱਧਰ ਨੂੰ ਮੋੜਨਾ ਉਹਦੇ ਲਈ ਕੁਛ ਹੋਰ ਬੋਲਣਾ ਪੈਂਦਾ ਹੁੰਦਾ, ਜੇ ਤੋਰਨਾ ਉਹ ਕੀ ਸਿਸਟਮ ਹੁੰਦਾ ਉਹ ਦੱਸੋ ਸਾਨੂੰ। ਉਹ ਹੈਰ ਤੱਤਾ ਦਾ ਤਾਂ ਕਿਹਨੂੰ ਪਤਾ ਜਿੱਧਰ ਨੂੰ ਮੋੜਨਾ ਬਲਦਾ। ਅੱਛਾ, ਹੈਰ ਦਾ ਮਤਲਬ? ਹੈਰ ਦਾ ਮਤਲਬ ਤੁੰਨੀ ਘੁੰਮ ਜਾਂਦਾ ਜੀ, ਤੱਤੇ ਦਾ ਮਤਲਬ ਇੱਧਰ ਨੂੰ ਚੱਲ ਜਾਂਦਾ। ਤੇ ਆਪਾਂ 1 ਦਿਨ ਦੇ ਵਿੱਚ ਕਿੰਨੇ ਕਿੱਲਿਆਂ ਦਾ ਕੰਮ ਕਰ ਦਿੰਦੇ ਬਲਦ? ਇੱਕ ਵੀਰੇ ਸਾਨੂੰ ਸੰਦ ਦੱਸੋ, ਜਿਵੇਂ ਹੁਣ ਹਲ ਪੰਜਾਲੀ ਵਗੈਰਾ ਹੁੰਦੇ ਨੇ, ਹੋਰ ਕੀ ਕੀ ਸੰਦ ਹੁੰਦੇ ਨੇ ਜਿਹੜੇ ਬਲਦਾਂ ਨਾਲ ਜਿਹਦੇ ਨਾਲ ਖੇਤੀ ਹੁੰਦੀ ਹੈਗੀ? ਤਵੇ ਆ ਵੀ ਹੁੰਦੀਆਂ ਨੇ ਜਿਹਦੀਆਂ, ਠੀਕ ਹੈ, ਸਾਗੀ ਵੀ ਹੁੰਦੀ ਹੈ ਇਹਦੇ ਮਗਰ, ਜਿਵੇਂ ਟਰੈਕਟ ਦੇ ਮਗਰ ਸਾਗਾ ਪਾਉਣਾ ਇਹਨਾਂ ਦੇ ਖਿੱਚਣ ਯੋਗ। ਠੀਕ ਹੈ, ਅੱਜ ਅਸੀਂ ਮੇਰਾ ਪਿੰਡ ਲੋਹਾ ਖੇੜੇ ਖੜੇ ਹਾਂ, ਸੰਗਰੂਰ ਦੇ ਵਿੱਚ ਇਹ ਪਿੰਡ ਪੈਂਦਾ ਹੈਗਾ। ਸਾਡੇ ਪਿੰਡ ਦੇ ਵਿੱਚ ਨਾ ਅੱਜ ਸੁਨਾਮ ਤੋਂ ਬਲਦ ਆਏ ਹੋਏ ਨੇ ਜੋ ਕਿ ਆਪਣੇ ਆਲੂਆਂ ਤੇ ਮਿੱਟੀ ਲਾ ਰਹੇ ਨੇ, ਤੇ ਬਾਕੀ ਆਪਾਂ ਸਾਰੀ ਗੱਲਬਾਤ ਹੋਰਾਂ ਨਾਲ ਕਰਾਂਗੇ ਵੀ ਕੀ ਸਿਸਟਮ ਆ, ਤੁਸੀਂ ਇਹ ਕਦੋਂ ਤੋਂ ਇਹ ਕੰਮ ਕਰ ਰਹੇ ਹੋ, ਤੇ ਕਿਹੜੀ ਕਿਹੜੀ ਫਸਲ ਤੁਸੀਂ ਆਪ ਕਰਦੇ ਹੋ ਇਹ ਚੀਜ਼ ਨਾਲ ਬਲਦਾਂ ਨਾਲ, ਤੇ ਤੁਹਾਡੇ ਕੋਲ ਕਿਹੜੇ ਕਿਹੜੇ ਸੰਦ ਨੇ ਇਹਦੇ ਰਿਲੇਟਡ, ਤੇ ਆਪਾਂ ਚੱਲਦੇ ਹਾਂ ਬਾਈ ਹੋਰਾਂ ਕੋਲੇ। ਹਾਂਜੀ, ਕੀ ਹਾਲ ਨੇ ਜੀ? ਵਧੀਆ ਜੀ, ਵਧੀਆ। ਤੇ ਇਹ ਆਪਾਂ ਨੂੰ ਬਲਦਾਂ ਨਾਲ ਖੇਤੀ ਕਰਦੇ ਨੂੰ ਕਿੰਨਾ ਸਮਾਂ ਹੋ ਗਿਆ? ਇਹ 2 ਸਾਲ ਤੋਂ ਤਿੰਨ ਤੀਜਾ ਸਾਲ ਲੱਗਾ ਜੀ। ਠੀਕ ਹੈ ਜੀ, ਆਪਾਂ ਨੇ ਹਜੇ ਤੱਕ ਬਲਦਾਂ ਨੇ ਕਿੰਨੀਆਂ ਜੋੜੀਆਂ ਮਤਲਬ ਲਿਆਂਦੀਆਂ ਨੇ ਹਜੇ ਤੱਕ? 5-6 ਨੇ ਜੀ, ਹੁਣ ਆ ਗਿਆ 2-3 ਤਾਂ ਜੀ। ਠੀਕ ਹੈ, ਹੁਣ ਤੁਹਾਡੇ ਕੋਲ ਕਿੰਨੇ ਬਲਦ ਨੇ? ਸਾਡੇ ਲਵੇ 4-5 ਜੋੜੀਆਂ ਨੇ ਜੀ। ਠੀਕ ਹੈ, ਤੇ ਆਪਣੇ ਕੋਲ ਸੰਦ ਸਾਰੀ ਨੇ ਜਿਵੇਂ ਪੰਜਾਲੀ ਵਗੈਰਾ ਜੋ ਹੁੰਦਾ? ਪੰਜਾਲੀ ਵਗੈਰਾ ਹਲ ਜੇ ਜੋ ਇਹਦੇ ਲਵੇ ਸੰਦ ਨੇ ਸਾਰੇ ਹੈਗੇ ਨੇ ਸਾਡੇ ਲਵੇ। ਠੀਕ ਹੈ, ਅਸੀਂ ਮਟਰਾਂ ਦੀ ਮਿੱਟੀ ਵੀ ਲਾਉਂਦੇ ਹਾਂ ਜੀ। ਠੀਕ ਹੈ, ਠੀਕ ਹੈ ਜੀ, ਆਲੂਆਂ ਦੀ ਮਿੱਟੀ ਲਾਉਂਦੇ ਹਾਂ। ਠੀਕ ਹੈ, ਤੇ ਹੋਰ ਆਪਾਂ ਕਿਹੜੀ ਕਿਹੜੀ ਇਹਦੇ ਨਾਲ ਖੇਤੀ ਕਰਦੇ ਹਾਂ ਹੁਣ ਦੇ ਸਮੇਂ ਦੇ ਵਿੱਚ? ਹੁਣ ਦੇ ਸਮੇਂ ਦੇ ਵਿੱਚ ਜਿਵੇਂ ਆਲੂ ਵੱਧ ਚੱਲ ਰਿਹਾ ਜੀ, ਆਲੂਆਂ ਦੀ ਸਾਨੂੰ ਬਹੁਤ ਸੱਦਿਆ ਜਾਂਦਾ ਹੈ। ਠੀਕ ਹੈ, ਪਿੰਡਾਂ 'ਚੋਂ ਸੁਨਾਮ ਪਿੰਡ ਹੈ ਸਾਡਾ। ਠੀਕ ਹੈ, ਤੇ ਜੇ ਮਤਲਬ ਕਿਸੇ ਵੀਰ ਭਾਈ ਨੇ ਇਹ ਬਲਦਾਂ ਨਾਲ ਨੂੰ ਆਪਦੇ ਖੇਤ ਦੇ ਵਿੱਚ ਆਲੂਆਂ ਦੇ ਮਿੱਟੀ ਲਾਉਣ ਲਈ ਜਾਂ ਕਿਸੇ ਹੋਰ ਖੇਤੀ ਦੇ ਕੰਮ ਲਈ ਲਿਆਉਣਾ ਹੋਵੇ ਤਾਂ ਕੀ ਸਾਧਨ ਲਿਆਉਣਾ ਪੈਂਦਾ ਆਪਾਂ ਨੂੰ? ਅੱਛਾ ਜੀ, ਇਹ ਦੇਖੋ ਜੀ, ਸਾਡੀ ਇਹ ਪਹਿਲਾਂ ਗੱਲ ਹੁੰਦੀ ਜੀ ਅਗਲੇ ਨਾਲ। ਠੀਕ ਹੈ, ਮੋਬਾਈਲ ਨੰਬਰ 'ਤੇ ਜਾਂ ਤਾਂ ਸਾਨੂੰ ਅਗਲਾ ਟਰੈਕਟ ਨਾਲ ਛੱਡ ਕੇ ਆਊ ਜਾਂ ਲੈ ਕੇ ਆਊਗਾ, ਜੇ ਨਹੀਂ ਹੈ ਸਾਨੂੰ ਲੈ ਕੇ ਆਊਗਾ ਅਸੀਂ ਆਪ ਆਵਾਂਗੇ ਫੋਨ 'ਤੇ, ਅਸੀਂ ਗੱਡੀ ਦਾ ਕਿਰਾਇਆ ਸਾਤੋਂ ਲੈਤਾ ਜਾਊਗਾ। ਠੀਕ ਹੈ, ਮਾਲਕ ਦੇਊਗਾ। ਠੀਕ ਹੈ, ਇਹ ਮਤਲਬ ਜੇ 1 ਕਿੱਲੇ ਦਾ ਰੇਟ ਕੀ ਰੇਟ ਆ ਜੇ ਆਪਾਂ ਆਪਣੇ ਆਲੂਆਂ ਤੇ ਮਿੱਟੀ ਲਵਾਉਣੀ ਹੈ? ਇਹ 1400 ਤੋਂ ਲੈ ਕੇ 1500 ਤੱਕ ਚੱਲ ਜਾਂਦੇ ਕਿਰਾਇਆ ਅੱਡਾ ਜੀ। ਠੀਕ ਹੈ, ਕਿਰਾਇਆ ਅੱਡਾ, ਦੇਖੋ ਵੀ 1400 ਤੋਂ ਲੈ ਕੇ 1500 ਦੇ ਵਿੱਚ ਵਿੱਚ ਇਹ 1 ਕਿੱਲੇ ਦਾ ਰੇਟ ਹੈ ਅਤੇ ਕਿਰਾਇਆ ਅੱਡਾ ਉਹਦੇ ਨਾਲ। ਅਤੇ ਹੁਣ ਤੁਹਾਨੂੰ ਇੱਥੇ ਕੰਮ ਕਰਦੇ ਨੂੰ ਲੋਹਾ ਖੇੜੇ ਦੇ ਵਿੱਚ ਕਿੰਨਾ ਟਾਈਮ ਹੋ ਗਿਆ? ਇਹ ਅੱਜ ਆਇਆ ਜੀ, ਹਜੇ ਲੱਗ ਜਾਣਗੇ 10-20 ਦਿਨ ਲੱਗ ਜਾਣਾ, ਜਿਹਦੇ ਹਿਸਾਬ ਨਾਲ ਵਾਹਨ ਮਿਲ ਸਕਦਾ ਵੱਧ ਵੀ ਲਾਵਾਂਗੇ। ਠੀਕ ਹੈ, ਤੇ ਆਪਾਂ ਕਿੰਨੇ ਕਿਲੋਮੀਟਰ ਦੇ ਏਰੀਏ 'ਚ ਇਹ ਕੰਮ ਕਰ ਸਕਦੇ ਹਾਂ? ਕੰਮ ਤਾਂ ਜਿੱਥੇ ਵੀ ਹੁੰਦਾ ਸਾਨੂੰ ਜਿੱਥੇ ਵੀ ਮਿਲਦਾ ਹੈ ਬਾਗ ਤਾਂ ਉੱਥੇ ਜਾਂਦੇ ਹਾਂ। ਊਂ ਅਸੀਂ ਲਵੇ ਲਾਉਣੇ ਸਾਰਾ ਜਖੇਪਲ ਸੁਨਾਮ ਆਲੇ ਦੁਆਲੇ ਵਾਲੇ ਪਿੰਡ ਨੇ ਜਿੰਨੇ ਕੱਢਦੇ ਹਾਂ ਦੂਰ ਦੂਰ ਸਾਰੇ ਕਿਤੇ ਜਾਂਦੇ ਹਾਂ ਜੀ, ਸੰਗਰੂਰ ਸੰਗਰਾਰ ਜ਼ਿਲ੍ਹਾ। ਠੀਕ, ਤੇ ਹੁਣ ਸਾਨੂੰ ਇਹ ਦੱਸੋ ਵੀ ਕਿਹਨਾਂ ਦੇ ਆਪਾਂ ਨੇ ਕਹਿੰਦੇ ਵੀ ਕੋਡ ਵਰਡ ਹੁੰਦੇ ਨੇ ਵੀ ਇਹਨੂੰ ਜੇ ਇੱਧਰ ਨੂੰ ਮੋੜਨਾ ਉਹਦੇ ਲਈ ਕੁਛ ਹੋਰ ਬੋਲਣਾ ਪੈਂਦਾ ਹੁੰਦਾ, ਜੇ ਤੋਰਨਾ ਉਹ ਕੀ ਸਿਸਟਮ ਹੁੰਦਾ ਉਹ ਦੱਸੋ ਸਾਨੂੰ। ਉਹ ਹੈਰ ਤੱਤਾ ਦਾ ਕਿਹਨੂੰ ਪਤਾ ਜਿੱਧਰ ਨੂੰ ਮੋੜਨਾ ਬਲਦਾ। ਅੱਛਾ, ਹੈਰ ਦਾ ਮਤਲਬ? ਹੈਰ ਦਾ ਮਤਲਬ ਤੁੰਨੀ ਘੁੰਮ ਜਾਂਦਾ ਜੀ, ਤੱਤੇ ਦਾ ਮਤਲਬ ਇੱਧਰ ਨੂੰ ਚੱਲ ਜਾਂਦਾ। ਅੱਛਾ, ਹੈਰ ਦਾ ਮਤਲਬ ਜਿਹਦੇ ਹਿਸਾਬ ਨਾਲ ਸਾਡੀ ਹਿਲਾਉ ਪਈ ਹੋਈ ਉਸ ਹਿਸਾਬ ਨਾਲ ਬੋਲਿਆ ਜੋ। ਜੇ ਸੱਜੇ ਨੂੰ ਮੋੜਨਾ ਤਾਂ ਕੀ ਬੋਲਣਾ ਪੈਂਦਾ ਜੀ? ਫਿਰ ਹੈਰ ਕਹੋ, ਹੈਰ ਕਹੋ। ਜੇ ਇੱਧਰ ਨੂੰ ਕਹੋ ਤੱਤਾ ਕਹੋ, ਉਤਲਾ ਉਤੋਂ ਜੇ ਖੱਬੇ ਨੂੰ ਮੋੜਨਾ ਤਾਂ ਤੱਤਾ, ਹਾਂ ਇੱਧਰ ਨੂੰ ਥੱਲੇ। ਠੀਕ ਹੈ, ਇਹ ਲਫ਼ਜ਼ ਤਾਂ ਉਹੀ ਨਾ ਜੀ, ਬਦਲਣਾ ਪਊ, ਬਲਦ ਬਦਲ ਜੂਗਾ ਸਾਡਾ। ਠੀਕ ਹੈ, ਤੇ ਇਹ ਹੋਰ ਕੀ ਹੋਵੇ ਕਿ ਇਦਾਂ ਦਾ ਜਿਹੜਾ ਆਪਾਂ ਬੋਲਦੇ ਜਿਹੜਾ ਸਾਨੂੰ ਨਹੀਂ ਪਤਾ ਅੱਜ ਦੀ ਪੀੜ੍ਹੀ ਨੂੰ ਵੀ ਇਹਨੂੰ ਬਲਦਾਂ ਨੂੰ ਹੱਕਣ ਲਈ ਕੁਛ ਬੋਲਣਾ ਪੈਂਦਾ, ਜਿਵੇਂ ਹਾ ਹਾ ਕਰਦੇ ਹੁੰਦੇ ਤੁਸੀਂ, ਜੋ ਵੀ ਪੈਰ ਵਗੈਰਾ ਜਦੋਂ ਬਲਦ ਜਾ ਕੇ ਨੱਕੇ ਤੇ ਮੂਹਰੇ ਜਾਂਦਾ ਜੀ ਹੱਟ ਪਿੱਛੇ, ਠੀਕ ਹੈ, ਚੱਲ ਬਲਦਾ ਸਿੱਧਾ ਲੈਣ ਤੇ ਸਿੱਧਾ ਆਟੋਮੈਟਿਕਲੀ ਵੜਦਾ ਜੀ, ਬੰਦਾ ਭੁੱਲ ਜੂ ਖਲਾਓ ਇਹ ਨਹੀਂ ਭੁੱਲਦਾ, ਸਮਝ ਲੈਂਦਾ ਖਾ ਸਾਰੀ ਗੱਲ ਜੀ, ਸਾਰੀ ਆਪੇ ਸਮਝ ਲੱਗਿਆ ਬਲਦ ਹੋਵੇ ਆਣ ਜਾਣ ਜੋੜ ਲਈਏ ਉਹ ਤਾਂ ਫਿਰ ਪੱਟ ਦੂਗਾ ਸਾਰੇ। ਤੇ ਇੱਕ ਇਹ ਜੇ ਬਲਦ ਆਪਾਂ ਕਹੀਏ ਵੀ ਮੰਨ ਲਓ ਨਵਾਂ ਬਲਦ ਲਿਆਂਦਾ ਆਪਣੇ ਤੋਂ ਕਿੰਨੇ ਟਾਈਮ ਦੇ ਵਿੱਚ ਜੁੜਨ ਲੱਗ ਜਾਂਦਾ? ਐਵੇਂ ਜੁੜਨ ਤਾਂ ਇਹ ਦੂਜੇ ਤੀਜੇ ਦਿਨ ਵੀ ਲਾ ਲਾਂਗੇ। ਠੀਕ ਹੈ, ਇਹ ਤੇ ਟਾਈਮ ਲੱਗ ਜੂਗਾ ਆਲੂਆਂ 'ਚ ਕਿਉਂਕਿ ਖਰਾਬ ਕਰੂ। ਠੀਕ ਹੈ, ਜੇ ਬੰਜਰ ਵਾਹਣ 'ਚ ਕੱਢ ਲਈਏ ਤਾਂ ਜਿੱਧਰ ਮਰਜ਼ੀ ਭੱਜਿਆ ਫਿਰ ਆਪੀ ਸੈਟਿੰਗ ਹੋ ਜਾਂਦੀ ਹੈ ਬਲਦ ਦੀ, ਖੱਬਾ ਸੱਜਾ ਤਾਂ ਅਸੀਂ ਮੁੜਨ ਲਾ ਲੈਂਦੇ ਹਾਂ। ਇਹ ਮਤਲਬ ਜਿਹੜੀ ਆਪਾਂ ਇਹ ਆਲੂਆਂ ਦਾ ਕਰ ਰਹੇ ਹਾਂ ਬਲਦਾਂ ਨਾਲ, ਇਹ ਟਰੈਕਟਰ ਨਾਲ ਕਿਉਂ ਨਹੀਂ ਇਹ ਚੀਜ਼ ਆਪਾਂ ਕਹਿੰਦੇ ਵੀ ਕਰ ਸਕਦੇ? ਇਹਦਾ ਕੀ ਨੁਕਸਾਨ ਕਰਦੀ ਹੈ ਚੀਜ਼? ਇਹ ਤਾਂ ਦੇਖੋ ਜੀ ਅੱਡੋ ਅੱਡੀ ਸਮਝ ਆ ਜੀ ਆਪਦੀ। ਠੀਕ ਹੈ, ਇਹ ਜਿਹੜਾ ਅਸੀਂ ਬਲਦ ਹੈ ਇੱਕ ਤਾਂ ਇਹ ਕਿਸੇ ਪਾਸੇ ਨੁਕਸਾਨ ਨਹੀਂ ਕਰ ਰਿਹਾ, ਠੀਕ ਹੈ, ਨਾੜ ਨਹੀਂ ਤੋੜ ਰਿਹਾ। ਠੀਕ ਹੈ, ਜੋ ਟਰੈਕਟ ਆਊਗਾ ਜਿੰਨੇ ਨੱਕਿਆਂ ਵਿੱਚ ਦੀ ਜਾਊਗਾ ਲੰਘੂ ਤਾਂ ਆਲੂ ਉੱਤੋਂ ਦੀ, ਹਾਂਜੀ, ਮਿੱਧਿਆ ਤਾਂ ਜਾਂਦਾ ਜੀ ਉਹ, ਇਹ ਬਿਲਕੁਲ ਇੱਕ ਤਾਂ ਮਿੱਧਾ ਨਹੀਂ, ਠੀਕ ਹੈ, ਖਰਾਬ ਨਹੀਂ ਕਰਦਾ, ਬੱਟ ਨਹੀਂ ਘੁੱਟਦਾ, ਬੱਟ ਦੇ ਨਾਲ ਮਿੱਟੀ ਵਧੀਆ ਲਾਉਂਦਾ, ਆਲੂ ਵਧੀਆ ਉੱਗਦਾ, ਵਧੀਆ
बाकी चाह पानी का टाइम है जो 10-20 मिनट की निकलती है। ठीक है, देखो भी बाई हो रहे बहुत मेहनत मेहनत करते हैं ये चीज़ तो जदकि यह चीज़ इन्नी सौखी नहीं हैगी। सारा दिन वाहन के तुरना जदकि आप कह दी भी पद्धरा नहीं है, खालियों के तुरना पैंता, बल्दों भी दिक्कत आते, बाई होर भी दिक्कत आते, जो भी ये काम करता बहुत मेहनत वाला काम हैगा। एक वीरे सानू संद दसो जिवें हुण हल पंजाली वगैरह होंगे ने, होर की संद होंगे ने जिहड़े बल्दां नाल जिहदे नाल खेती होंदी हैगी? तबिया भी होंदियां ने जिहड़ियां, ठीक है, सागी भी होंदी, मगर जिवें ट्रैक्टर दे मगर सागा पाउंदे इहनां दे खिच्चण योग। ठीक है, हाँ जी। तो एक सानू चीज़ होर दसो, मन के चलो आह जिवें इहदे पंजाली है जिहड़ी आ गल च पई हुई है, हाँ जी, इहनूं पंजाली कहिंदे ने, ये हुण नॉर्मल मिलदियां ने मार्केट चो जे तुसीं लैणी होवे इह जी कोई चीज़ जिहड़े पुराने बंदे तों मिलियां ने? ये इक छोटी लैती जी असीं, वो भी कुछ नाम च बंदा जिन्हें पा के दी है, बाकी ने तो जवाब देता थी भी आम ये संद मिलता नहीं है जिन्हें बल्द नहीं पुराने बंद ने, बाकी तो कबाड़ कबूड़ च बागे आ तो नवे असं तन्ना बदे लिया है मरूर तो जाके। ठीक है, देखो भी बाई ने यह गल दसी है भी जे यदा कोई संद टुट जे जा भी जिवें आ पंजाली है यह आम नॉर्मल मिलती नहीं हैगी मार्केट चो, ये लभ लभ के मिलती है जे मत्था मारना पैंदा, मत्था पुराना बंदा बनाऊ जी बैठा पहला वाला नवा मुंडा हथ नहीं पाउंदा कोई भी लकड़ का काम करता है। ठीक है, ना ही वो लकड़ा ही इन्हें लवे जिहड़ी इहनूं चाहीदी हुंदी है। ठीक है, जां नसूड़ा जां बेरी। अच्छा, ये अच्छा नसूड़ा जां बेरी दी बनदी है चीज़? हाँ जी, होर आम लकड़ी बना जिस दी मर्जी लो सफेदी दी लो भर के मार दे तरक जांदी है, वो कट जांदी है हौली हुंदी है, इन्नी कि इन्हां दे वजन नहीं आउंदा। ठीक है, ठीक है। लै भी जिहड़ी अज जानकारी बाई होरां ने दित्ती आ सानूं तां नहीं अज तक किस तों मिली, जे तुहानूं वी इह जानकारी दी लोड़ आ तां वीडियो शुरू तों लैके एंड तक जरूर देखियो। बाकी जिहो जी जानकारी दी तुहानूं लोड़ होई तुसीं, मैं बार बार ये गल कह रहा भी कमेंट बॉक्स दे विच जरूर दस्सो, ते बाकी मैं नंबर जरूर पाऊंगा बाई होरां दा, जे किसी नूं तुसीं आपदे खेतरे विच कोई काम करवाना बल्दां नाल जिवें ਟਮਾਟਰਾਂ ਤੇ ਤੁਸੀਂ ਵੀਰੇ ਕਾਤੇ ਕਾਤੇ ਲਾਉਣੇ ਆ ਆਪਣੀ ਮਿੱਟੀ ਇਹ ਕੰਮ ਕਰਦੇ ਸਰੋਂ ਤੇ ਵੀ ਲਾ ਦੇਣਾ ਜੀ, ਟਮਾਟਰਾਂ ਤੇ ਵੀ ਲਾ ਦੇਣਾ, ਆਲੂਆਂ ਤੇ ਲਾਉਂਦੇ ਲਾਉਣੇ ਆ। ਠੀਕ ਹੈ, ਹਾਂ ਵੀ ਜਿਹੜੀ ਫਸਲ ਦਾ ਬਾਈ ਦੇ ਨਾਮ ਦੱਸਿਆ ਜੇ ਇਹ ਫਸਲ ਦੇ ਵਿੱਚ ਤੁਸੀਂ ਖੇਤੀ ਕਰਵਾਉਣੀ ਹੈ ਤਾਂ ਤੁਸੀਂ ਬਾਈ ਨਾਲ ਜ਼ਰੂਰ ਸੰਪਰਕ ਕਰੋ। ਆਪਾਂ ਕਿੰਨੇ ਕਿਲੋਮੀਟਰ ਤੱਕ ਲੈ ਕੇ ਜਾ ਸਕਦੇ ਹਾਂ ਬਲਦਾਂ ਨੂੰ? ਇਹ ਤਾਂ ਜੀ ਜੇ ਲਵੇ ਪਿੰਡ ਦੇ ਆਲੇ ਦੁਆਲੇ ਫਿਰ ਤਾਂ ਲਿਜਾ ਕੇ ਜਾ ਸਕਦੇ, ਨਹੀਂ ਆਲੇ ਦਾ ਟਰੈਕਟਰ ਤੇ ਟਰਾਲੀ ਸਾਧਨ ਦੂਰ ਮਾਰਦੇ ਨਹੀਂ, ਜ਼ੋਰ ਲੱਗਿਆ ਹੁੰਦਾ ਬਲਦਾਂ ਦਾ ਤੁਰਦੇ ਨਹੀਂ। ਅੱਛਾ, ਮਤਲਬ ਨਾਰਮਲ ਬਲਦ ਤੁਰ ਕੇ ਆਪਾਂ ਲੈ ਕੇ ਜਾ ਨਹੀਂ ਸਕਦੇ? 2 ਕਿੱਲੀ ਟੱਪ ਕੇ ਜਾ ਸਕਦੇ ਜੀ, ਬਾਹਲੀ ਦੂਰ ਤਾਂ ਫਿਰ ਤੰਗ ਕਰਨਾ ਜੂ ਕਰੀ ਜਾਓ। ਠੀਕ ਹੈ, ਹਾਂਜੀ, ਜਿੰਨੀ ਕਿ ਆਪਾਂ ਨੂੰ ਜਾਣਕਾਰੀ ਦੀ ਲੋੜ ਸੀ ਅਸੀਂ ਤੁਹਾਨੂੰ ਸਾਰੀ ਜਾਣਕਾਰੀ ਦੇ ਚੁੱਕੇ ਹਾਂ, ਜੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੀ ਤੁਹਾਨੂੰ ਲੋੜ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ, ਆਪਾਂ ਬਾਈ ਹੋਰਾਂ ਦਾ ਨੰਬਰ ਵੀ ਤੁਹਾਨੂੰ ਪਾਵਾਂਗੇ ਥੱਲੇ ਲਿਖ ਕੇ, ਇੱਕ ਵਾਰੀ ਤੁਹਾਡਾ ਸਾਨੂੰ ਨੰਬਰ ਜ਼ਰੂਰ ਦੱਸ ਦਿਓ ਬਾਅਦ ਦੇ ਵਿੱਚ, ਠੀਕ ਹੈ ਵੀ? ਹਾਂ, ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਸਾਡਾ ਜਿਹੜਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ ਅਤੇ ਸਾਡੀ ਵੀਡੀਓ ਲਾਈਕ ਕਰ ਦਿਓ, ਕਮੈਂਟ ਕਰਕੇ ਜ਼ਰੂਰ ਦੱਸੋ ਵੀਡੀਓ ਕਿਵੇਂ ਲੱਗੀ। ਹਾਂਜੀ, ਧੰਨਵਾਦ।